ਸਤਿ ਸ੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦਾ ਪੰਜਾਬ ਟੀਵੀ ਤੇ ਮੈਂ ਆ ਜੱਜ ਸਿੰਘ ਚਾਹਲ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਬੀਤੇ ਦਿਨ ਮੋਗਾ ਦੇ ਵਿੱਚ ਇੱਕ ਵੱਡੀ ਰੈਲੀ ਕੀਤੀ ਗਈ, ਜਿਸ ਨੇ ਕਿ ਪੰਜਾਬ ਕਾਂਗਰਸ ਨੂੰ ਤਾਂ ਭਾਜਣਾ ਪਾ ਕੇ ਰੱਖ ਹੀ ਦਿੱਤੀਆਂ ਨੇ, ਕਿਉਂਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਕਾਂਗਰਸੀ ਵਰਕਰ ਅਤੇ ਲੀਡਰ ਇਸ ਰੈਲੀ ਦੇ ਵਿੱਚ ਪਹੁੰਚੇ ਸਨ। ਉੱਧਰ ਦੂਜੇ ਪਾਸੇ ਇਸ ਰੈਲੀ ਦੇ ਵਿੱਚ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਨਵਜੋਤ ਸਿੱਧੂ ਦੇ ਵੱਲੋਂ ਖੁੱਲ੍ਹਾ ਚੈਲੰਜ ਕਰ ਦਿੱਤਾ ਗਿਆ। ਚੈਲੰਜ ਇੱਥੋਂ ਤੱਕ ਕਰ ਦਿੱਤਾ ਗਿਆ ਕਿ ਆ ਪੰਜਾਬ ਦੇ ਮੁੱਦਿਆਂ ਤੇ ਬਹਿਸ ਕਰੀਏ, ਜੇਕਰ ਮੈਂ ਹਾਰ ਗਿਆ ਤਾਂ ਰਾਜਨੀਤੀ ਸਦਾ ਲਈ ਛੱਡ ਦੇਵਾਂਗਾ। ਵੱਡਾ ਚੈਲੰਜ ਨਵਜੋਤ ਸਿੱਧੂ ਦੇ ਵੱਲੋਂ ਭਗਵੰਤ ਮਾਨ ਨੂੰ ਕਰ ਦਿੱਤਾ ਗਿਆ। ਸਭ ਤੋਂ ਪਹਿਲਾਂ ਤੁਹਾਨੂੰ ਨਵਜੋਤ ਸਿੰਘ ਸਿੱਧੂ ਦਾ ਇਹ ਚੈਲੰਜ ਵਾਲਾ ਬਿਆਨ ਸੁਣਾ ਦਿੰਨੇ ਆ। ਮੈਂ ਠੋਕ ਕੇ ਕਹਿੰਦਾ ਭਗਵੰਤ ਮਾਨ, ਠੋਕ ਕੇ ਤੁਸੀਂ ਅੱਜ ਮੇਰੀ ਕਿਸੇ ਗੱਲ ਦਾ ਜਵਾਬ ਦੇ ਦਿਓ। ਤੂੰ ਕਹਿੰਦਾ ਨਾ ਫੈਕਟ ਨਹੀਂ ਸਿੱਧੂ ਤੇਰੇ ਕੋਲ, ਤੈਨੂੰ ਫੈਕਟ ਅੱਜ ਬੰਬਾਂ ਵਾਂਗ ਮਾਰੂ ਚਲਾ ਚਲਾ। ਜੇ ਇੱਕ ਲੱਭ ਗਿਆ ਤੈਨੂੰ ਤੇ ਮੇਰਾ ਨਾਮ ਦਾਦੀ ਵਾਲਾ ਦਿਨ ਤੈਨੂੰ ਅੱਜ ਖੜਾ ਹੋ ਕੇ ਆ ਦੇਖ 10,000 ਦੇ ਕੱਚ ਚ ਕਹਿੰਦਾ ਭਗਵੰਤ ਮਾਨ, ਜੇ ਮਾਂ ਦਾ ਦੁੱਧ ਪੀਤਾ, ਜੇ ਮਾਂ ਦਾ ਦੁੱਧ ਪੀਤਾ ਤੇ ਆ ਕਿਸੇ ਕਮਰੇ ਚ ਇਕੱਲੇ ਬੈਠੀਏ, ਹੋਰ ਛੱਡ ਕਿਸੇ ਬੋਰਡ ਥੱਲੇ ਕਿਸੇ ਸੱਥ ਦੇ ਵਿੱਚ ਬੈਠੀਏ, ਇੱਕ ਫੇਸਬੁੱਕ ਤੂੰ ਚਲਾ, ਇੱਕ ਫੇਸਬੁੱਕ ਮੈਂ ਚਲਾਉਂ ਤੇ ਮੇਰੇ ਨਾਲ ਬਹਿਸ ਕਰ। ਪੰਜਾਬ ਦੇ ਮੁੱਦਿਆਂ ਦੇ ਉੱਤੇ ਜੇ ਸਿੱਧੂ ਹਾਰ ਗਿਆ ਰਾਜਨੀਤੀ ਸਦਾ ਲਈ ਨਵਜੋਤ ਸਿੰਘ ਸਿੱਧੂ ਆਖਰ ਆਪਣੇ ਇਸ ਭਾਸ਼ਣ ਦੇ ਵਿੱਚ ਭਗਵੰਤ ਮਾਨ ਤੇ ਇੰਨਾ ਭੜਕੇ ਕਿਉਂ ਹੋਏ ਨੇ? ਕਿਉਂਕਿ ਪੰਜਾਬ ਦੇ ਆਰਥਿਕ ਮੁੱਦਿਆਂ ਨੂੰ ਲੈ ਕੇ, ਪੰਜਾਬ ਦੀ ਪੈਸੇ ਧੇਲੇ ਦੀ ਵਿਵਸਥਾ ਨੂੰ ਲੈ ਕੇ ਲਗਾਤਾਰ ਨਵਜੋਤ ਸਿੱਧੂ ਸਵਾਲ ਪੁੱਛ ਰਹੇ ਸਨ, ਜਿਨ੍ਹਾਂ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਆਖ ਦਿੱਤਾ ਕਿ ਨਵਜੋਤ ਸਿੱਧੂ ਦੇ ਕੋਲ ਪੂਰੀ ਜਾਣਕਾਰੀ ਨਹੀਂ ਹੈ, ਅਧੂਰੀ ਜਾਣਕਾਰੀ ਖਤਰਨਾਕ ਹੁੰਦੀ ਹੈ ਅਤੇ ਅਧੂਰੀ ਜਾਣਕਾਰੀ ਚੁੱਕੀ ਫਿਰਦੇ ਨੇ ਨਵਜੋਤ ਸਿੱਧੂ। ਇਸੇ ਕਰਕੇ ਹੀ ਭਗਵੰਤ ਮਾਨ ਦੇ ਇਸ ਜਵਾਬ ਤੋਂ ਬਾਅਦ ਹੁਣ ਖੁੱਲ੍ਹਾ ਚੈਲੰਜ ਨਵਜੋਤ ਸਿੱਧੂ ਦੇ ਵੱਲੋਂ ਕਰ ਦਿੱਤਾ ਗਿਆ ਹੈ। ਆਰਥਿਕਤਾ ਪੰਜਾਬ ਦੀ ਸੁਧਰ ਨਹੀਂ ਰਹੀ ਹੈ, ਲਗਾਤਾਰ ਕਰਜ਼ਾ ਪੰਜਾਬ ਦੇ ਸਿਰ ਚੜ੍ਹ ਰਿਹਾ ਹੈ, ਜਿਸ ਨੂੰ ਲੈ ਕੇ ਖਾਸ ਤੌਰ 'ਤੇ ਮੁੱਖ ਵਿਰੋਧੀ ਧਿਰ ਦੇ ਵੱਲੋਂ ਮਾਨ ਨੂੰ ਘੇਰਨ ਦਾ ਕੰਮ ਕੀਤਾ ਜਾ ਰਿਹਾ ਹੈ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੀ ਗੱਲ ਕਰੀਏ ਤਾਂ ਉਹ ਕਹਿੰਦੇ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ 'ਤੇ ਕੋਈ ਯਕੀਨ ਕਰੇ ਕਿਵੇਂ? ਭਗਵੰਤ ਮਾਨ ਬੜੀਆਂ ਗੱਲਾਂ ਅਜਿਹੀਆਂ ਕਹਿ ਦਿੰਦੇ ਨੇ ਜਿਹੜੀਆਂ ਕਿ ਬਾਅਦ ਦੇ ਵਿੱਚ ਝੂਠੀਆਂ ਨਿਕਲਦੀਆਂ ਨੇ। ਸੀਐਮ ਪੰਜਾਬ ਨੇ ਗੁਜਰਾਤ ਦੇ ਵਿੱਚ ਇੱਕ ਦਿਨ ਕਿਹਾ ਸੀ ਕਿ ਮੇਰੇ ਅਫਸਰਾਂ ਨੇ ਗੋਲੀ ਬਰਾੜ ਮੈਨੂੰ ਹੁਣੇ ਦੱਸਿਆ ਕਿ FBI ਨੇ ਅਮਰੀਕਾ ਦੇ ਵਿੱਚ ਉਹਨੂੰ ਗ੍ਰਿਫਤਾਰ ਡਿਟੇਨ ਕਰ ਲਿਆ ਤੇ ਅਸੀਂ ਬਹੁਤ ਜਲਦੀ ਲੈ ਕੇ ਆਵਾਂਗਾ। ਤੇ ਤੀਜੇ ਦਿਨ ਪਤਾ ਲੱਗਾ ਕਿ ਇਹਦੇ ਇਨਫੋਰਮੇਸ਼ਨ ਹੀ ਟੋਟਲੀ ਗਲਤ ਸੀ। ਇੱਕ ਚੀਫ ਮਿਨਿਸਟਰ ਐਡੀ ਵਾਈਟਲ ਇਨਫੋਰਮੇਸ਼ਨ ਗਲਤ ਦੇ ਸਕੇ, ਉਹਦੇ 'ਤੇ ਫੇਥ ਕੌਣ ਕਰੇਗਾ? ਫਿਰ ਚੀਫ ਮਿਨਿਸਟਰ ਸਾਹਿਬ ਕਦੀ ਜਰਮਨੀ ਤੋਂ ਦਾ ਕੇ ਕਹਿੰਦੇ ਨੇ BMW ਕਾਰਾਂ ਦੀ ਅਸੀਂ ਏਜੰਸੀ, ਮੇਰੀ ਗੱਲ ਹੋ ਚੁੱਕੀ ਹੈ, ਉਹ ਮਹੀਨੇ ਬਾਅਦ ਆ ਕੇ ਲੁਧਿਆਣੇ ਪਲਾਨ ਸ਼ੁਰੂ ਕਰਨਗੇ। ਉਹਨਾਂ ਦਾ ਕਾਰਪੋਰੇਟ ਆਫਿਸ ਚਿੱਠੀ ਪਾ ਕੇ ਡਿਨਾਈ ਕਰ ਦਿੰਦਾ ਕਿ ਸਾਡੀ ਤਾਂ ਨਾ ਮੀਟਿੰਗ ਹੋਈ ਅਤੇ ਨਾ ਇਹਨਾਂ ਨੂੰ ਕਿਹਾ। ਤਾਂ ਫਿਰ ਕਿਹੜਾ ਬੰਦਾ ਇਹਨਾਂ 'ਤੇ ਫੇਥ ਕਰੇ? ਇਹ ਕਹਿੰਦੇ ਇਨਵੈਸਟਮੈਂਟ ਆ ਰਹੀ ਹੈ, ਕੱਲ੍ਹ ਸਾਬਤ ਹੋ ਗਿਆ ਗਵਰਨਮੈਂਟ ਰਿਕਾਰਡਸ ਤੋਂ, ਗਵਰਨਮੈਂਟ ਆਫ ਇੰਡੀਆ ਦੇ, ਕਿ 85% ਅੱਗੇ ਨਾਲੋਂ ਇਨਵੈਸਟਮੈਂਟ ਪੰਜਾਬ 'ਚ ਘੱਟ ਗਈ ਅਤੇ ਦੇਣ ਲੈਣ ਨੂੰ ਕੁਝ ਨਹੀਂ।
ਮੌਜੂਦਾ ਵਿਰੋਧੀ ਧਿਰ ਦੇ ਨੇਤਾ ਤੋਂ ਬਾਅਦ ਗੱਲ ਜੇਕਰ ਸਾਬਕਾ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਦੀ ਕੀਤੀ ਜਾਵੇ ਤਾਂ ਪੰਜਾਬ ਦੀ ਆਰਥਿਕਤਾ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਲਾਹਾਂ ਦੇਣ ਦਾ ਕੰਮ ਉਹਨਾਂ ਦੇ ਵੱਲੋਂ ਵੀ ਕੀਤਾ ਜਾ ਰਿਹਾ ਹੈ। ਉਹਨਾਂ ਨੂੰ NDPS ਕੇਸ ਦੇ ਵਿੱਚ ਜ਼ਮਾਨਤ ਮਿਲੀ। ਆਪਣੇ ਪਿੰਡ ਵਿੱਚ ਉਹਨਾਂ ਦੇ ਵੱਲੋਂ ਆਪਣੇ ਸਮਰਥਕਾਂ ਦਾ ਇੱਕ ਵੱਡਾ ਇਕੱਠ ਕੀਤਾ ਗਿਆ ਅਤੇ ਇਸ ਮੌਕੇ ਬੋਲਦਿਆਂ ਪੈਸੇ ਧੇਲੇ ਬਾਰੇ ਨਸੀਹਤ ਸੁਖਪਾਲ ਸਿੰਘ ਖਹਿਰਾ ਦੇ ਵੱਲੋਂ ਵੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਦਿੱਤੀ ਗਈ ਹੈ ਕਿ ਜਿੰਨਾ ਪੈਸਾ ਮੇਰੇ ਤੇ ਖਰਚਿਆ ਮੈਨੂੰ ਅੰਦਰ ਕਰਵਾਉਣ ਲਈ, ਉਸ ਦੇ ਨਾਲ ਲੋਕਾਂ ਦਾ ਕਿੰਨਾ ਕੰਮ ਹੋ ਸਕਦਾ ਸੀ। ਆ ਜਿਹੜਾ ਬਦਲਾ ਖੋਰੀ ਇੱਕ ਦੂਜੇ ਨੂੰ ਚੱਕ ਲਓ, ਢਾ ਲਓ, ਥੱਲ ਲਓ, ਇਹ 'ਚ ਕੱਖ ਵੀ ਨਹੀਂ ਨਿਕਲਣਾ। ਜਿੰਨੇ ਮਰਜ਼ੀ ਹੋਰ ਫੜ ਲਾ, ਅੱਗੇ ਮੈਂ ਪੈਸੇ ਰਿਕਵਰ ਕਰੂੰਗਾ। ਮੈਂ ਮੁਖਤਾਰ ਅੰਸਾਰੀ ਦਾ 55 ਲੱਖ ਰੁਪਇਆ ਖਰਚਿਆ ਅਮਰਿੰਦਰ ਸਿੰਘ ਨੇ ਵਕੀਲਾਂ ਦੇ ਉੱਤੇ, ਮੈਂ ਵਾਪਸ ਕਰਾਊਂਗਾ, 25 ਨਹੀਂ ਵਾਪਸ ਹੋਣੀ। ਉਲਟਾ ਪੈਸੇ ਖਰਚੇ ਆ ਮੇਰੇ ਕੇਸ ਵਿੱਚ, 200 ਸਰਕਾਰੀ ਵਕੀਲ ਦੀ ਫੌਜ ਆ ਪੰਜਾਬ ਸਰਕਾਰ ਦੇ ਕੋਲੋਂ ਛੱਡ ਕੇ ਸੁਪਰੀਮ ਕੋਰਟ ਤੇ ਹਾਈ ਕੋਰਟਾਂ ਵਿੱਚ ਉਹ ਵਕੀਲ ਖੜੇ ਕੀਤੇ ਮੇਰੇ ਖਿਲਾਫ ਜਿਨ੍ਹਾਂ ਦੀ ਫੀਸ 25 ਲੱਖ ਰੁਪਇਆ ਇੱਕ ਪੇਸ਼ੀ ਦੀ ਇੱਕ ਦਿਨ ਦੀ ਹੈ। 5 ਕਰੋੜ ਰੁਪਈਏ ਤੋਂ ਉੱਤੇ ਮੇਰੇ ਤੇ ਖਰਚਾ ਭਗਵੰਤ, ਇਹਦਾ ਰਿਕਵਰ ਕੌਣ ਕਰੂਗਾ ਯਾਰ? ਇਹ ਪੈਸੇ ਕੌਣ ਖਜ਼ਾਨੇ ਵਿੱਚ ਜਮ੍ਹਾਂ ਕਰਾਊਗਾ? ਪਹਿਲਾਂ ਪੰਜਾਬ ਦੀ ਹੋਂਦ ਤਾਂ ਬਚਾਓ। ਸਾਡਾ ਪੰਜਾਬ ਤਾਂ ਖਾਲੀ ਹੋ ਗਿਆ, ਘਰਾਂ 'ਚ ਦੀਵੇ ਬੁਝ ਗਏ ਨੇ, ਪਿੰਡਾਂ ਦੇ ਪਿੰਡ ਉੱਜੜ ਗਏ ਨੇ। ਜਿਹੜਾ ਬੱਚਾ ਮਾੜਾ ਜਿਹਾ ਕਾਇਮ ਹੁੰਦਾ ਉਹਦਾ ਮਾਂ ਪਿਓ ਆਪਣੀ ਜ਼ਮੀਨ ਵੇਚ ਕੇ 40-50 ਲੱਖ ਰੁਪਇਆ ਦੇ ਕੇ ਕਹਿੰਦਾ ਚੱਲ ਪੁੱਤ ਕੈਨੇਡਾ, ਇੱਥੇ ਨਹੀਂ ਰਹਿਣਾ ਤੂੰ। ਜਹਾਜ਼ਾਂ ਦੇ ਜਹਾਜ਼ ਭਰ ਕੇ ਜਾ ਰਹੇ ਨੇ। 3 ਕਰੋੜ ਆਬਾਦੀ 'ਚੋਂ ਮੇਰੇ ਹਿਸਾਬ ਨਾਲ ਹੁਣ ਤੱਕ 70-75 ਲੱਖ ਸਾਡਾ ਨੌਜਵਾਨ ਵਿਦੇਸ਼ਾਂ ਵਿੱਚ ਜਾ ਚੁੱਕਾ ਵਾ, ਟੱਬਰਾਂ ਦੇ ਟੱਬਰ ਜਾ ਚੁੱਕੇ ਨੇ। ਇਕਾਨਮੀ ਚਲੇਗੀ ਨਾਲ, ਕਿਉਂਕਿ ਜਦੋਂ ਇੱਕ ਬੱਚਾ ਜਾਂਦਾ ਉਹ ਪੜ੍ਹਾਈ ਕਰਕੇ ਜਾਵੇ ਜਾਂ ਆਪਣੇ ਨਾਲ ਜਾਵੇ, ਉਹ ਨਾਲ 25-30 ਲੱਖ ਰੁਪਇਆ ਨਾਲ ਲੈ ਕੇ ਜਾਂਦਾ। ਜੇ ਹੁਣ ਮੈਂ ਪੜ੍ਹ ਰਿਹਾ ਸੀ ਕਿਤੇ, ਸ਼ਾਇਦ ਹਰ ਸਾਲ 1-1.5 ਲੱਖ ਨੌਜਵਾਨ ਇਕੱਲਾ ਕੈਨੇਡਾ ਜਾ ਰਿਹਾ, ਇਕੱਲਾ ਕੈਨੇਡਾ, ਆਸਟ੍ਰੇਲੀਆ ਵਗੈਰਾ, ਯੂਰਪ ਵਗੈਰਾ, ਅਮਰੀਕਾ ਵਗੈਰਾ ਸਾਰਾ ਛੱਡ ਦਿਓ ਤੁਸੀਂ। ਕਿੰਨੇ ਪੈਸੇ? 1 ਲੱਖ ਨੂੰ ਜ਼ਰਬ ਦਿਓ, ਨਾਲ 25 ਲੱਖ ਰੁਪਇਆ ਜੋੜੋ, ਇੱਕ ਬੰਦਾ ਜੇ 25 ਲੱਖ ਰੁਪਇਆ ਲੈ ਕੇ ਜਾਓ। ਪੰਜਾਬ ਤਾਂ ਖਾਲੀ ਹੋ ਗਿਆ ਯਾਰ, ਤੁਹਾਡੀਆਂ ਜ਼ਮੀਨਾਂ ਦੇ ਭਾਅ ਡਿੱਗ ਗਏ ਨੇ, ਡਿੱਗਣੇ ਹੀ ਆ। ਪੈਸਾ ਹੀ ਨਹੀਂ ਰਹਿਣਾ ਇੱਥੇ, ਤੇ ਪੈਸੇ ਨੂੰ ਵੀ ਛੱਡੋ, ਸਾਡੀਆਂ ਪੱਗਾਂ ਹੀ ਨਹੀਂ ਬਚਣੀਆਂ, ਆ ਜ਼ੁਬਾਨ ਹੀ ਨਹੀਂ ਬਚਣੀ, ਸਾਡੀ ਹੋਂਦ ਹੀ ਨਹੀਂ ਬਚਣੀ। ਇਸ ਤਰੀਕੇ ਨਾਲ ਸਾਰੇ ਹੀ ਸਿਆਸੀ ਵਿਰੋਧੀਆਂ ਦੇ ਵੱਲੋਂ, ਖਾਸ ਤੌਰ ਤੇ ਮੁੱਖ ਵਿਰੋਧੀ ਧਿਰ ਕਾਂਗਰਸ ਪਾਰਟੀ ਦੇ ਵੱਲੋਂ ਆਰਥਿਕਤਾ ਨੂੰ ਲੈ ਕੇ ਮਾਨ ਸਰਕਾਰ ਨੂੰ ਘੇਰੇ ਦੇ ਵਿੱਚ ਲਿਆ ਜਾ ਰਿਹਾ ਹੈ, ਕਿਉਂਕਿ ਬੀਤੇ ਦਿਨੀ ਇੱਕ ਮੀਡੀਆ ਰਿਪੋਰਟ ਸਾਹਮਣੇ ਆਈ ਸੀ ਜਿਸ ਦੇ ਮੁਤਾਬਕ ਪਿਛਲੇ ਵਿੱਤੀ ਵਰ੍ਹੇ ਦੇ ਵਿੱਚ ਪੰਜਾਬ ਦੇ ਵਿੱਚ ਸਿਰਫ 3492 ਕਰੋੜ ਰੁਪਏ ਦਾ ਹੀ ਨਿਵੇਸ਼ ਆਇਆ, ਜਦਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਆਖਿਆ ਸੀ ਕਿ 1 ਸਾਲ ਦੇ ਵਿੱਚ 50,871 ਕਰੋੜ ਰੁਪਏ ਦਾ ਨਿਵੇਸ਼ ਆ ਗਿਆ ਹੈ। ਉਸ ਰਿਪੋਰਟ ਨੇ ਭਗਵੰਤ ਮਾਨ ਦੇ ਦਾਅਵੇ ਦੀਆਂ ਧੱਜੀਆਂ ਉਡਾ ਕੇ ਰੱਖ ਦਿੱਤੀਆਂ ਤਾਂ ਵਿਰੋਧੀ ਪਾਰਟੀਆਂ ਨੂੰ ਬੋਲਣ ਦਾ ਮੌਕਾ ਮਿਲ ਗਿਆ ਸੀ। ਲਗਾਤਾਰ ਸਰਕਾਰ ਦੇ ਵੱਲੋਂ ਕਰਜ਼ਾ ਵੀ ਚੁੱਕਿਆ ਜਾ ਰਿਹਾ ਹੈ, ਜਦਕਿ ਭਗਵੰਤ ਮਾਨ ਨੇ ਆਖਿਆ ਸੀ ਅਸੀਂ ਕਰਜ਼ਾ ਲਵਾਂਗੇ ਵੀ ਨਹੀਂ ਅਤੇ ਪੁਰਾਣਾ ਕਰਜ਼ਾ ਵੀ ਮੋੜਾਂਗੇ, ਪਰ 60,000 ਕਰੋੜ ਤੋਂ ਵੱਧ ਦਾ ਕਰਜ਼ਾ ਇਸ ਸਰਕਾਰ ਨੇ ਵੀ ਪੰਜਾਬ ਦੇ ਸਿਰ ਚੜਾ ਦਿੱਤਾ ਹੈ, ਜਿਸ ਤੋਂ ਬਾਅਦ ਇਹ ਮੁੱਦਾ ਹੁਣ ਵਿਰੋਧੀਆਂ ਦੇ ਹੱਥ ਲੱਗ ਗਿਆ ਹੈ ਅਤੇ ਖਾਸ ਤੌਰ 'ਤੇ ਨਵਜੋਤ ਸਿੱਧੂ ਤਾਂ ਆਰਥਿਕਤਾ ਤੋਂ ਇਲਾਵਾ ਕੋਈ ਵੀ ਗੱਲ ਕਰਦੇ ਨਜ਼ਰ ਨਹੀਂ ਆਉਂਦੇ, ਕਿਉਂਕਿ ਨਵਜੋਤ ਸਿੱਧੂ ਕਹਿੰਦੇ ਨੇ ਪੰਜਾਬ ਦੀਆਂ ਜਿੰਨੀਆਂ ਵੀ ਸਮੱਸਿਆਵਾਂ ਨੇ ਸਿਰਫ ਕਾਨੂੰਨ ਵਿਵਸਥਾ ਹੀ ਅਜਿਹੀ ਸਮੱਸਿਆ ਹੈ ਜਿਹੜੀ ਕਿ ਪੈਸੇ ਤੋਂ ਬਿਨਾਂ ਹੱਲ ਹੋ ਸਕਦੀ ਹੈ, ਬਾਕੀ ਕੋਈ ਵੀ ਸਮੱਸਿਆ ਅਜਿਹੀ ਨਹੀਂ ਹੈ ਜਿਹੜੀ ਕਿ ਪੈਸੇ ਤੋਂ ਬਿਨਾਂ ਹੱਲ ਹੋ ਸਕੇ। ਸਾਰੀਆਂ ਸਮੱਸਿਆਵਾਂ ਦਾ ਹੱਲ ਹੈ ਪੈਸਾ। ਇਸ ਲਈ ਅਜਿਹੀਆਂ ਨੀਤੀਆਂ ਸਰਕਾਰ ਨੂੰ ਬਣਾਉਣੀਆਂ ਚਾਹੀਦੀਆਂ ਨੇ ਜੋ ਕਿ ਚੋਣਾਂ ਤੋਂ ਪਹਿਲਾਂ ਵਾਅਦੇ ਕੀਤੇ ਗਏ ਸਨ, ਜਿਵੇਂ ਕਿ ਸ਼ਰਾਬ ਦੀ ਕਾਰਪੋਰੇਸ਼ਨ ਬਣਾਓ,
ਰੇਤੇ ਦੀ ਕਾਰਪੋਰੇਸ਼ਨ ਬਣਾਓ। ਇਸ ਤੋਂ ਇਲਾਵਾ ਜੋ ਜੋ ਜਿੱਥੋਂ ਜਿੱਥੋਂ ਵੀ ਪੈਸਾ ਆਉਂਦਾ ਹੈ ਉਸ ਨੂੰ ਲੈ ਕੇ ਨੀਤੀਆਂ ਬਣਾਈਆਂ ਜਾਣ, ਉਹਨਾਂ ਨੀਤੀਆਂ ਨੂੰ ਲਾਗੂ ਕੀਤਾ ਜਾਵੇ, ਤਾਂ ਹੀ ਪੰਜਾਬ ਪੈਸੇ ਧੇਲੇ ਦੇ ਮਾਮਲੇ ਦੇ ਵਿੱਚ ਪੈਰਾਂ ਸਿਰ ਖੜਾ ਹੋ ਸਕਦਾ ਹੈ। ਉਨੀ ਦੇਰ ਤੱਕ ਪੰਜਾਬ ਕਦੇ ਵੀ ਸੁਧਰ ਨਹੀਂ ਸਕਦਾ। ਨਵਜੋਤ ਸਿੱਧੂ ਦੇ ਵੱਲੋਂ ਇਹ ਗੱਲ ਆਖੀ ਜਾ ਰਹੀ ਹੈ। ਇੱਥੇ ਰਾਏ ਅਸੀਂ ਤੁਹਾਡੀ ਵੀ ਜਾਣ ਲੈਣਾ ਚਾਹੁੰਦੇ ਹਾਂ ਕਿ ਆਰਥਿਕਤਾ ਨੂੰ ਲੈ ਕੇ ਜੋ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਨ ਦਾ ਕੰਮ ਇਹਨਾਂ ਵਿਰੋਧੀ ਧਿਰਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ, ਜਿਵੇਂ ਕਿ ਨਵਜੋਤ ਸਿੱਧੂ ਨੇ ਤਾਂ ਖੁੱਲ੍ਹਾ ਚੈਲੰਜ ਹੀ ਕਰ ਦਿੱਤਾ ਹੈ। ਨਵਜੋਤ ਸਿੱਧੂ ਦੇ ਇਸ ਚੈਲੰਜ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਕਮੈਂਟ ਕਰਕੇ ਤੁਸੀਂ ਵੀ ਆਪਣੀ ਰਾਏ ਜ਼ਰੂਰ ਦਿਓ। ਜੇਕਰ ਇਸੇ ਤਰ੍ਹਾਂ ਹੀ ਹਰ ਖਬਰ ਨੂੰ ਨਿਰਪੱਖਤਾ ਨਾਲ ਵੇਖਦੇ ਰਹਿਣਾ ਚਾਹੁੰਦੇ ਹੋ ਤਾਂ ਯੂਟਿਊਬ ਤੋਂ ਦਾ ਪੰਜਾਬ ਟੀਵੀ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਫੇਸਬੁੱਕ 'ਤੇ ਪੇਜ ਲਾਈਕ ਕਰ ਲਓ। ਮੈਂ ਜੱਜ ਸਿੰਘ ਚਾਹਲ ਅਗਲੀ ਵਾਰ ਫਿਰ ਹਾਜ਼ਰ ਹੋਵਾਂਗਾ। ਤੁਸੀਂ ਦੇਖਦੇ ਰਹੋ ਪੰਜਾਬ ਟੀਵੀ, ਹਰ ਖਬਰ ਦਾ ਸੱਚ।